ਤੇ ਸਭ ਤੋਂ ਪਹਿਲਾਂ ਬੁਟਨ ਦੇ ਵਿੱਚ ਗੱਲ ਕਰਦੇ ਆ ਆਪ ਐਮ ਐਲ ਏ ਦੀ ਮੈਰਿਜ ਮਿਸਟਰੀ ਦੀ ਜੀ ਹਾਂ ਵਿਵਾਦਾਂ ਵਿੱਚ गिर ਗਏ ਨੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਇੱਕ ਔਰਤ ਜਿਹੜੀ ਹੈ ਸਾਹਮਣੇ ਆਈ ਹੈ ਉਸ ਨੇ ਕਿਹਾ ਹੈ ਕਿ ਇਸ ਐਮ ਐਲ ਏ ਨੇ ਮੇਰੇ ਨਾਲ ਧੋਖੇ ਨਾਲ ਦੂਜਾ ਵਿਆਹ ਕਰਵਾਇਆ ਇਲਜ਼ਾਮ ਲਗਾਏ ਗਏ ਨੇ ਬੇहद ਸੰਗੀਨ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ ਤੋਖੇ ਨਾਲ ਦੂਜਾ ਵਿਆਹ ਕਰਵਾਉਣ ਦੇ ਇਲਜ਼ਾਮ ਲਗਾਏ ਨੇ ਔਰਤ ਨੇ ਕਿਹਾ ਕਿ ਪਹਿਲੀ ਪਤਨੀ ਤੋਂ ਤਲਾਕ ਲੈ ਬਗੈਰ ਹੀ ਮੇਰੇ ਨਾਲ ਇਸ ਨੇ ਦੂਜਾ ਵਿਆਹ ਕਰਵਾਇਆ ਤੇ ਨਾਲੇ ਵੀ ਕਿਹਾ ਕਿ ਹੁਣ ਇਹ ਮੇਰਾ ਪਤੀ ਜਿਹੜਾ ਹੈ ਇਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ ਪਠਾਨ ਮਾਜਰਾ ਦੇ ਖਿਲਾਫ ਜ਼ੀਰਖਪੁਰ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ ਕੀੜਾ ਤੌਰਤ ਨੇ ਪੀਡੀਸੀ ਨਿਊਜ਼ ਨਾਲ ਐਕਸਕਲੂਸਿਵ ਗੱਲਬਾਤ ਦੇ ਵਿੱਚ ਸਾਰੇ ਇਲਜ਼ਾਮ ਲਗਾਏ ਨੇ ਤੇ ਅਸੀਂ ਐਮਐਲਏ ਦਾ ਜਿਹੜੇ ਨੇ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਸਿੱਧੇ ਜੁੜ ਗਏ ਨੇ ਇਸ ਵੇਲੇ ਦਿਲਜੀਤ ਸਿੰਘ ਮੇਰੇ ਸਹਿਯੋਗੀ ਉਹਨਾਂ ਦੇ ਨਾਲ ਵਿਧਾਇਕ ਪਠਾਨ ਮਾਜਰਾ ਮੌਜੂਦ ਨੇ ਜਾਨਣਾ ਚਾਹਾਂਗੇ ਕਿ ਉਹਨਾਂ ਦਾ ਕੀ ਪੱਖ ਹੈ ਦਿਲਜੀਤ ਤੁਹਾਡੇ ਰਾਹੀਂ ਜਾਣਨਾ ਚਾਹਾਂਗੇ ਐਮਐਲਏ ਦਾ ਕੀ ਪੱਖ ਹੈ ਬਿਲਕੁਲ ਬਲਵਿੰਦਰ ਜੋ ਗੁਰਪ੍ਰੀਤ ਨਾਮ ਦੀ ਇੱਕ ਮੈਲਾ ਉਹਨਾਂ ਦੱਸਿਆ ਕਿ ਉਹ ਜਿਹੜੇ ਹਰਮੀਤ ਸਿੰਘ ਸਨੌਰ ਤੋਂ ਵਿਧਾਇਕ ਨੇ ਉਹਨਾਂ ਦੀ ਪਤਨੀ ਨੇ ਤੇ ਉਹਨਾਂ ਨੇ ਆਪਣੇ ਪਤੀ ਦੇ ਉੱਪਰ ਕੱਲ ਇੱਕ ਜਿਰਕਪੁਰ ਦੇ ਵਿੱਚ ਇੱਕ ਸ਼ਿਕਾਇਤ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ سنگੀਨ આરોਪ ਲਗਾਏ ਨੇ ਜਿੱਚ ਇਹ ਕਿਹਾ ਕਿ ਹਰਮੀਤ ਸਿੰਘ ਜਿਹੜੇ ਪਠਾਨ ਮੱਜਰਾ ਹੈ ਉਹਨਾਂ ਨੂੰ ਮਾਰਨ ਦੀ ਤਮਕੀਦੇ ਰਹੇ ਨੇ ਤੇ ਉਹਨਾਂ ਨੇ ਜਿਹੜਾਗਾ ਧੋਖੇ ਨਾਲ ਜਿਹੜਾਗਾ ਉਹਨਾਂ ਨਾਲ ਵਿਆਹ ਕਰਾਇਆਗਾ ਇਨੂੰ ਲੈ ਕੇ ਅਸੀਂ ਰਾਤ ਵੀ ਜਿਹੜਾਗਾ ਹਰਮੀਰ ਸਿੰਘ ਜਿਹੜੇ ਪਠਾਨ ਮਾਜਰਾ ਨੇ ਐਮਐਲਏ ਉਹਨਾਂ ਦਾ ਪੱਖ ਜਾਣ ਦੀ ਕੋਸ਼ਿਸ਼ ਕੀਤੀ ਸੀਗੀ ਇਸ ਵੇਲੇ ਉਹ ਖੁਦ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਕੀ ਕਹਿਣਾਗਾ ਇਸ ਬਾਰੇ ਪੂਰੇ ਮਾਮਲੇ ਬਾਰੇ ਆਪਾਂ ਗੱਲ ਕਰਦੇ ਆਂ ਹਸਬੈਂਡ ਉਹ ਮਰ ਗਿਆ ਉਹਦੇ ਨਾਲ ਇਹਦਾ ਵੀ ਕਾਗਜ਼ੀ ਪੱਤਰੀ ਜਿਸ ਤਰ੍ਹਾਂ ਹੁਣ ਅਸੀਂ ਇੱਕ ਸਮਝੌਤਾਕ ਪੰਚਾਇਤੀ ਸਮਝੌਤੇ ਨਾਲ ਤਲਾਕ ਲਿਆ ਸੀ ਇਸ ਤਰ੍ਹਾਂ ਇਹਨੇ ਲਿਆ ਆ ਦੂਜਾ ਨੰਬਰ ਇੱਕ ਦਿਲਪ੍ਰੀਤ ਮੁੰਡਾ ਅੱਜ ਪਹਿਲਾਂ ਇੰਸਪੈਕਟਰ ਸੀ ਉਹਨੇ ਨੇ ਯਾੜਾ ਮੈਨੂੰ ਤਾਂ ਹੁਣ ਪਤਾ ਲੱਗਾ ਹੁਣ ਜਦੋਂ ਆ ਗੱਲ ਯਾੜ ਹੋਈ ਵੀ ਤੂੰ ਕਿੱਥੇ ਫਸ ਗਿਆ ਸਾ ਇਹਨੇ ਤੇ ਉਹਦਾ ਬਹੁਤ ਨੁਕਸਾਨ ਕੀਤਾ ਦਿਲਪ੍ਰੀਤ ਦਾ ਇਹਦੀ ਦਿਲਪ੍ਰੀਤ ਦੀ ਵਾਈਫ ਨੇ ਵੀ ਇੱਥੇ 2008 ਚ ਪਰਚਾ ਦਰਜ ਕਰਾਇਆ ਸੀ ਲੁਧਿਆਣੇ 8 9 ਦੀਆਂ ਗੱਲਾਂ ਆ ਤੁਸੀਂ ਉਹ ਵੀ ਜਾ ਕੇ ਜਨਤਾ ਕਰ ਸਕਦੇ ਦਿਲਪ੍ਰੀਤਾ ਦੇ ਡੀਐਸਪੀ ਆ ਤੇ ਲੁਧਿਆਣੇ ਦੇ ਵਿੱਚ ਤੇ ਉਹ ਉਹਨੂੰ ਵੀ ਤੁਸੀਂ ਪੁੱਛ ਲੋਗੇ ਦੀ ਹਰਕਤਾਂ ਕੀ ਆ ਇੱਧਰ ਗਈ ਸੀ ਇਹ ਛੇ ਮੜਿਆਲ ਉੱਥੇ ਵੀ ਗੋਲੀ ਚਲਾ ਕੇ ਆਈ ਇਹਦੀ ਹਮੇਸ਼ਾ ਹੀ ਆਦਤ ਹੈ ਹੁਣ ਵੀ ਇਹ ਮੈਨੂੰ ਕਹਿ ਰਹੀ ਨਾ ਧਮਕੀ ਦਿੱਤੀ ਆ ਇਹ ਹਰ ਇੱਕ ਚੀਜ਼ ਰਿਕਾਰਡ ਕਰਦੀ ਆ ਇਹਨੇ ਇਹਨੂੰ ਕਹੋ ਵੀ ਮੇਰੀ ਇੱਕ ਰਿਕਾਰਡਿੰਗ ਦਿਖਾ ਦੇ ਮੇਰੇ ਕੋਲੇ ਇਹਦੀਆਂ ਕਈ ਰਿਕਾਰਡਿੰਗਾਂ ਆ ਜਿਹੜੀਆਂ ਮੈਨੂੰ ਧਮਕੀਆਂ ਮਾਰਨ ਦੀਆਂ ਦਿੰਦੀ ਰਹੀ ਆ ਇਹਦੇ ਨਾਲ ਵਿਆਹ ਕਰਾਇਆ ਇੱਕ ਗੱਲ ਸੁਣੋ ਜੇ ਜਿਹੜੀ ਜਨਾਨੀ ਨੂੰ ਇੱਕ ਆਪਾਂ ਹੰਬ ਬਿਸਤਰੋਂ ਨੇ ਮੈਂ ਗੱਲ ਮੇਰੀਆਂ ਭੈਣਾਂ ਨੇ ਵੀ ਕਈਆਂ ਨੇ ਸੁਣੀਆਂ ਮੈਨੂੰ ਸ਼ਰਮ ਆਉਦੀ ਹੈ ਗੱਲ ਕਰ ਰਿਹਾ ਇੱਕ ਆਪਦੇ ਪਤੀ ਦੀ ਵੀਡੀਓ ਵਾਇਰਲ ਕਰਕੇ ਕਿੱਡਾ ਕ ਮਾਰਕਾ ਮਾਰਨਾ ਮੈਂ ਅੱਜ ਚਾਹੇ ਕੋਈ ਕਿਸੇ ਪਾਰਟੀ ਨਾਲ ਮੈਂ ਕਿਸੇ ਕਾਲੀ ਜਾਂ ਕਾਂਗਰਸੀ ਜਾਂ ਭਾਜਪਾ ਜਾਂ ਕਈ ਪਾਰਟੀਆਂ ਆ ਉਹਨਾਂ ਦੀਆਂ ਕਈਆਂ ਲੀਡਰਾਂ ਦੀਆਂ ਵੀਡੀਓ ਆਈਆਂ ਜਿਹੜੀਆਂ ਕਿਸੇ ਦੀ ਜਨਾਨੀ ਨਾਲ ਤੇ ਉਹ ਚ ਆਪਾਂ ਅਲੀਗੇਸ਼ਨ ਲਾ ਸਕਦੇ ਮੇਰੀ ਆਪਦੀ ਜਨਾਨੀ ਨਾਲ ਮੇਰੇ ਤੇ ਅਲੀਗੇਸ਼ਨ ਲੱਗਦਾ ਇੱਕ ਜਨਾਨੀ ਤੇ ਆਪਾਂ ਵਿਸ਼ਵਾਸ ਕਰਦੇ ਹਾਂ ਜਨਾਨੀ ਤੋਂ ਅੰਨ ਦੇ ਵਿੱਚ ਜਨਾਨੀ ਤੋਂ ਕੁਝ ਵੀ ਨਹੀਂ ਸਰੀਰ ਦਾ ਲਕਾਇਆ ਮਤਲਬ ਜਿਹੜਾ ਇੱਕ ਵਾਇਰਲ ਫੋਟੋ ਤੁਹਾਡੀਆਂ ਵਾਇਰਲ ਫੋਟੋਆਂ ਹੋਣੀਆਂ ਜਿਹੜੀਆਂ ਪ੍ਰਾਈਵੇਟ ਪਾਰਟ ਸਾਡੇ ਦਿਖ ਰਿਹਾ ਤੁਹਾਨੂੰ ਲੱਗਦਾ ਇਹ ਤੁਹਾਡੀ ਪਤਨੀ ਵੱਲੋਂ ਵਾਇਰਲ ਕੀਤੀਆਂ ਗਿਆ ਇਹ ਵੀਡੀਓ ਇਹਨੇ ਮੈਨੂੰ ਮੇਰੇ ਇਨਫੈਕਸ਼ਨ ਸੀ ਤੇ ਮੈਂ ਕਿਤੇ ਬਾਹਰ ਸਾਂ ਮੈਨੂੰ ਕਹਿੰਦੀ ਸੀ ਆਓ ਮੈਂ ਆ ਵੀ ਮੇਰੇ ਤੋਂ ਆਇਆ ਨਹੀਂ ਜਾਣਾ ਤੇ ਵੀ ਇਹ ਮੈਨੂੰ ਵਾਰ-ਵਾਰ ਕਹਿੰਦੀ ਸੀ ਮੈਨੂੰ ਦਿਖਾਓ ਕਿ ਤੇ ਇਨਫੈਕਸ਼ਨ ਹੈ ਤੇ ਮੈਂ ਇਹਨੂੰ ਇੱਕ ਦਿਖਾਤਾ ਮੈਨੂੰ ਕਿ ਪਤਾ ਇਹ ਵੀਡੀਓ ਬਣਾ ਰਹੀ ਆ ਉਨੇ ਵੀਡੀਓ ਬਣਾ ਕੇ ਆਪਣੇ ਪਤੀ ਦੀ ਵਾਇਰਲ ਕਰਕੇ ਕੋਈ ਇਹ ਜਵਾਨ ਵਾਲੀ ਗੱਲ ਨਹੀਂ ਕੋਈ ਬੰਦੇ ਵਾਲੀ ਗੱਲ ਨਹੀਂ ਹੈ ਨਾ ਇੱਕ ਇਨਸਾਨ ਨੇ ਤੇਰੇ ਮਾਪਿਓ ਨੇ ਵਾਅਦਾ ਕੀਤਾ ਉਹ ਵਾਅਦਾ ਨਿਭਾਇਆ ਮੈਂ ਆਪਦੇ ਪਰਿਵਾਰ ਨੂੰ ਲੜ ਝਗੜ ਕੇ ਮਨਾ ਕੇ ਵੀ ਮੇਰੇ ਮੈਂ ਇਨੇ ਚਿਰਾਂ ਦਾ ਉਹਦੇ ਨਾਲ 8-9 ਸਾਲ ਤੋਂ ਰਹਿ ਰਹਿਆ ਵੀ ਮੈਂ ਉਹਦੇ ਮਾਪਿਓ ਨਾਲ ਵਾਅਦਾ ਕੀਤਾ ਸੀ ਮੇਰੀ ਵਾਈਪ ਬਿਮਾਰ ਬਿਮਾਰ ਰਹੀਦੀ ਸੀ ਵੀ ਮੈਂ ਉਹਦੇ ਨਾਲ ਵਿਆਹ ਕਰਵਾਣਾ ਉਹ ਧਮਕੀ ਧਮਕੀ ਜੇ ਤੁਸੀਂ ਕਹਿ ਰਹੇ ਧਮਕੀ ਦੀ ਗੱਲ ਦਿੱਤੀ ਆ ਹੁਣ ਮੈਂ ਇਹ ਮੈਨੂੰ ਧਮਕੀਆਂ ਦਿੰਦੀ ਰਹੀ ਆ ਮੇਰਾ ਇਹਨੇ ਜੀਣਾ ਦੁੱਬਰ ਕਰ ਛੱਡਿਆ ਇਹ ਮੇਰੀ ਪਾਰਟੀ ਦੇ ਅੰਗੇਸ਼ਟ ਵੋਟਾਂ ਫੋਟੋਆਂ ਪਾਉਂਦੀ ਆ ਮੇਰੀ ਪਾਰਟੀ ਨੂੰ ਬਹੁਤ ਮਾੜਾ ਚੰਗਾ ਬੋਲਦੀ ਆ ਮੈਨੂੰ ਬਹੁਤ ਮਾੜਾ ਚੰਗਾ ਬੋਲਦੀ ਮੇਰੀ ਵਾਈਫ ਨੂੰ ਜਿਹੜੀ ਪਹਿਲੀ ਸੀ ਉਹਦਣਾ ਮੇਰਾ ਹੋਇਆ ਸੀ ਵੀ ਤੂੰ ਪਿੰਡ ਰਹੇਂਗੀ ਇਹਨੂੰ ਮੈਂ ਪਟਿਆਲੇ ਇੱਥੇ ਚੰਡੀਗੜ੍ਹ ਜਾਂ ਪਟਿਆਲੇ ਕਿਤੇ ਸ਼ਹਿਰ ਚ ਕੋਠੀ ਲੈ ਦੂੰਗਾ ਇਹ ਉੱਥੇ ਰਿਆ ਕਰੂਗੀ ਸਾਡਾ ਇੱਕ ਫੈਸਲਾ ਹੋਇਆ ਸੀ ਪਰਿਵਾਰਕ ਤੇ ਉਹ ਇਹ ਹਰ ਇੱਕ ਗੱਲ ਤੋਂ ਭੱਜ ਗਈ ਆ ਇਹ ਮੈਨੂੰ ਮਜਬੂਰ ਕਰਦੀ ਆ ਵੀ ਤੂੰ ਕ੍ਰੈਪਸ਼ਨ ਕਰ ਜਵੇਂ ਕਾਲੀਆਂ ਕਾਂਗਰਸੀਆਂ ਦੇ ਐਮ ਐਲ ਏ ਆ ਨਜ਼ਾਰੇ ਲੈਂਦੇ ਆ ਉਹੋ ਜੇ ਆਪਾਂ ਨਜ਼ਾਰੇ ਲੈਣੇ ਮੈਂ ਆਪਦੀ ਜਾਇਦਾਦ ਤੇ ਹੀ ਖੁਸ਼ ਹਾਂ ਬਿਰਕੋ ਜੋ ਕੁਝ ਹੈਗਾ ਮੈਂ ਆਪਣੇ ਕੀਤਾ ਆਪਣਾ ਕਹਾਦਾ ਅੱਜ ਤੱਕ ਮੇਰੇ ਤੇ ਇੱਕ ਵੀ ਬੰਦਾ ਉੱਠ ਕੇ ਦੋਸ਼ ਲਾ ਦੇ ਵੀ ਮੈਂ ਕਿਸੇ ਤੋਂ 10 ਰੁਪਏ ਦਾ ਤੇਲ ਪੋਇਆ ਜ਼ਿੰਦਗੀ ਚ ਜਾਂ ਮੈਂ ਕਿਸੇ ਤੋਂ ਕਰਪਸ਼ਨ ਕੀਤੀ ਆ ਅੱਜ ਮੈਂ ਬਹੁਤ ਅਫਸਰ ਹੈ ਜਿਹੜੇ ਮੈਂ ਪੋਸਟਾਂ ਤੇ ਲਾਇਆ ਪਰ ਇੱਕ ਬੰਦਾ ਮੈਨੂੰ ਉਹਨਾਂ ਨੇ ਗੁਰਦੁਆਰੇ ਬਾੜ ਕੇ ਕਹਿ ਦੋ ਜੀ ਉਹਨਾਂ ਨੇ ਮੇਰੇ ਤੋਂ ਮੈਂਨੂੰ ਤਾਂ ਚਾਹ ਵੀ ਪੀਤੀ ਹੋਵੇ ਫਿਰ ਤੁਸੀਂ ਜਿਹੜਾ ਆਪਣੀ ਪਤਨੀ ਦਾ ਜਿਹੜਾ ਐਫੀਡਾ ਜਦੋਂ ਤੁਸੀਂ ਇਲੈਕਸ਼ਨ ਲੜਿਆ ਸੀਗਾ 2014 ਤੋਂ ਤੁਹਾਡੀ ਮੈਰਿਜ ਹੋਈ ਹੈ ਤੁਹਾਡੀ ਮੈਰਿਜ ਕਦੋਂ ਹੋਈ ਹੈ ਜੀ Uh, 2021 ਚ 14 ਅਗਸਤ 2021 ਨੂੰ ਮੈਰਿਜ ਹੋਈ ਹੈ ਤੇ ਤੁਸੀਂ ਜਿਹੜਾ ਐਫੀਡੇਟ ਇਲੈਕਸ਼ਨ ਲੜਿਆ ਸੀ ਉਹਦਾ ਨਾਮ ਕਿਉਂ ਨਹੀਂ ਲਿਆ ਇਸ ਪਤਨੀ ਦਾ ਕਿ ਐਫੀਡੇਟ ਵਿੱਚ ਦੱਸਿਆ ਵੀ ਮੇਨੇ ਦੋ ਵਿਆਹ ਹਗੇ ਮੈਂ ਦਾਦਾ ਵੀਰ ਜੀ ਮੇਰੇ ਕੋਲ ਉਹਦਾ ਕੋਈ ਵੀ ਪ੍ਰੂਫ ਨਹੀਂ ਸੀ ਹੈਗਾ ਵੀ ਉਹ ਮੇਰੀ ਵਾਈਫ ਆ ਕਿਸੇ ਮੇਰੇ ਉਹ ਕਿਸੇ ਵੀ ਕਾਗਜ਼ ਤੇ ਉਹਦਾ ਨਾਮ ਨਹੀਂ ਸੀ ਚੜਿਆ ਜੇ ਮੈਂ ਉਹਦਾ ਨਾਮ ਚੜਾਉਂਦਾ ਤੇ ਮੇਰੇ ਕਾਗਜ਼ ਰਿਜੈਕਟ ਹੋ ਜਾਣਾ ਸੀ ਜੋ ਮੈਂ ਜੋ ਲੀਗਲੀ ਮੈਂ ਪਹਿਲੀ ਮੇਰੀ ਵਾਈਫ ਆ ਉਹਦੇ ਪਾਸਪੋਰਟ ਤੇ ਮੇਰੇ ਹਰ ਇੱਕ ਕਾਗਜ਼ ਤੇ ਉਹਦਾ ਨਾਮ ਚੜਿਆ ਆ ਤੇ ਮੈਨੂੰ ਉਹੀ ਹਿਸਾਬ-ਚੋ ਕਰਨੀ ਪੈਣੀ ਸੀ ਤੇ ਨਹੀਂ ਉਹ ਮੈਰਿਜ ਦੇ ਫੋਟੋਆਂ ਸੀ ਲੇਕਿਨ ਮੈਰਿਜ ਫੋਟੋਆਂ ਨੂੰ ਕੋਰਟ ਨਹੀਂ ਨਾ ਮੰਨਦੀ ਕੋਰਟ ਤੇ ਔਨ ਰਿਕਾਰਡ ਮੰਨਦੀ ਆ ਤੇ ਮੈਂ ਉਹ ਇਸ ਕਰਕੇ ਨਹੀਂ ਕੀਤਾ ਨਾਲੇ ਸਾਡੇ ਇਹ ਨਹੀਂ ਸੀ ਵੀ ਉਹਨੂੰ ਮੈਂ ਛੱਡ ਦੇਣਾ ਆ ਉਹਦੇ ਨਾਲ ਸਮਝੌਤਾ ਸੀ ਵੀ ਇਹ ਵੀ ਰਹੂਗੀ ਇਹ ਪਿੰਡ ਰਹੂਗੀ ਇਹ ਸ਼ਹਿਰ ਰਹੂ ਇਹ ਇਹ ਸਾਡਾ ਸਮਝੌਤਾ ਸੀ ਇਹ ਹੁਣ ਇੱਕ ਜਨਾਨੀ ਮਕਰ ਦੇ ਉਚਿਤ ਬੰਦਾ ਕੀ ਕਰ ਸਕਦਾ ਅੱਜ ਇੱਕ ਜਨਾਨੀ ਜੀ ਜੀ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗੇ ਕਾਨੂੰਨੀ ਤੌਰ ਦੇ ਉੱਪਰ ਇਹ ਨਹੀਂ ਹੋ ਸਕਦਾ ਕਿ ਇੱਕ ਸ਼ਖਸ ਦੋ ਪਤਨੀਆਂ ਨਾਲ ਇੱਕੋ ਵळे ਰਹਿ ਸਕੇ ਸਮਝੌਤਾ ਕੁਝ ਵੀ ਹੋਇਆ ਹੋਵੇ ਕਾਨੂੰਨੀ ਤੌਰ ਦੇ ਉੱਪਰ ਕਾਨੂੰਨੀ ਤੌਰ ਦੇ ਉੱਪਰ ਕੋਈ ਵੀ ਸ਼ਖਸ ਦੋ ਪਤਨੀਆਂ ਇੱਕੋ ਵळे ਜਿਹੜਾ ਹੈ ਉਹ ਨਹੀਂ ਰੱਖ ਸਕਦਾ ਭਾਵੇਂ ਜੋ ਮਰਜ਼ੀ ਸਮਝੌਤਾ ਹੋਇਆ ਹੋਵੇ ਤੁਸੀਂ ਕਾਨੂੰਨੀ ਤੌਰ ਦੇ ਉੱਪਰ ਕੋਈ ਹਾਂ ਬਿਲਕੁਲ ਜੀ ਕਾਨੂੰਨੀ ਤੌਰ ਤੇ ਇੱਕ ਪੁੱਛਣਾ ਚਾਹਾਂਗੇ ਕਾਨੂੰਨੀ ਤੌਰ ਤੇ ਉੱਪਰ ਕੋਈ ਇੱਕ ਸ਼ਖਸ ਜਿਹੜਾਗਾ ਦੋ ਪਤਨੀਆਂ ਜਿਹੜਾਗਾ ਇਸ ਤਰ੍ਹਾਂ ਨਹੀਂ ਰੱਖ ਸਕਦਾਗਾ ਤੁਸੀਂ ਕੀ ਕਹੋਗੇ ਇਸ ਨੂੰ ਲੈ ਕੇ ਜੀ ਤੁਸੀਂ ਇਹ ਸ਼ੋਰ ਕਰੋਗੇ ਸਾਰੇ ਚੈਨਲ ਵਾਲੇ ਵੀ ਕਿਸੇ ਬੰਦੇ ਦੇ ਦੋ ਵਿਆਹ ਨਹੀਂ ਹੈਗੇ ਹੋਰ ਇੰਡੀਆ 'ਚ ਹੈਗੇ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਵੀ ਕਿਹੜੇ ਬੰਦੇ ਦੇ ਕਿਸੇ ਦੇ ਦੋ ਵਿਆਹ ਨਹੀਂ ਹੈਗੇ ਇੱਕ ਪਰਿਵਾਰਕ ਸਮਝੌਤੇ ਨਾਲ ਸਾਰਾ ਕੁਝ ਹੋ ਸਕਦਾ ਮੇਰੀ ਉਹ ਮੈਂ ਜੇ ਮੈਂ ਕੋਈ ਗਨਾਹ ਕੀਤਾ ਆ ਉਸ ਉਸ ਉਹਨੂੰ ਨਹੀਂ ਮੰਨਣਗੇ ਤੇ ਮੇਰੇ ਤੇ ਕਾਰਵਾਈ ਹੋਊਗੀ ਪਰ ਜਿਹੜੀ ਜਨਾਨੀ ਨੇ ਆਪਣੀ ਆਪਸ ਇੱਕ ਜਨਾਨੀ ਮੇਰੀ ਵਾਈਫ ਉਹ ਜਨਤਕ ਵੀਡੀਓ ਇਹੋ ਜੀ ਕਰੇ ਉਹਨੂੰ ਕੀ ਸਜ਼ਾ ਹੋਣੀ ਚਾਹੀਦੀ ਆ ਇਹ ਤੁਸੀਂ ਮੰਨਦੇ ਹੋ ਲੋਕਾਂ ਕੋਲ ਪੁੱਛੋ ਵੀ ਜਿਹੜੀ ਤੁਹਾਡੀ ਆਪਣੀ ਵਾਈਫ ਉਹ ਤੁਹਾਡਾ ਨਗੇਜ ਲੋਕਾਂ 'ਚ ਕਰਦੇ ਉਹ ਰਾਈਟ ਆ ਉਹਨੂੰ ਰਾਈਟ ਹੈਗਾ ਤੇ ਉਹ ਆਪਦੇ ਆਪਦੇ ਪਤੀ ਤੋਂ ਕੋਈ ਚੀਜ਼ ਕੋਈ ਦਖਾਨਣ ਵਾਸਤੇ ਕਵੇ ਮੈਨੂੰ ਕੀ ਪਤਾ ਵੀ ਉਹ ਉਹਦੇ ਦਿਮਾਗ 'ਚ ਕੀ ਖਾਂਦਿਆ ਵੀ ਉਹ ਮੇਰੀ ਵੀਡੀਓ ਜਨਤਕ ਕਰੂਗੀ ਮੈਂ ਕਿਸੇ ਦੀ ਜਨਾਨੀ ਨਾਲ ਨਹੀਂ ਬੜਿਆ ਗਿਆ ਨਾ ਮੈਂ ਕੋਈ ਹੋਰ ਮੇਰੀ ਆਪਣੀ ਵਾਈਫ ਨਾਲ ਮੇਰੀ ਉਹ ਵੀਡੀਓ ਸੀ ਉਹਨੂੰ ਕੋ ਪੂਰੀ ਜਨਤਕ ਕਰੇ ਮੈਂ ਇੱਕ ਹੋਰ ਦੱਸੋ ਇੱਕ ਅਲਿਗੇਸ਼ਨ ਹੋ ਲਾਇਆ ਤੁਸੀਂ ਦੁਬਈ ਜਾ ਕੇ ਜਿਹੜਾ ਬੰਦਾ ਪੀਓ ਹੈਗਾ ਜਿਹਨੂੰ ਵੰਟਡ ਹੈਗਾ ਉਹਦੇ ਨਾਲ ਸੈਟਿੰਗ ਕਰਨ ਗਏ ਹੋ ਉੱਥੇ ਦੁਬਈ ਦੀਆਂ ਕੁਝ ਗੁਪਤਾ ਜਿਹੜਾ ਕਿ ਇੱਥੇ ਜਿਲਕਪੁਰ ਦਾ ਬਿਲਡਰ ਹੈਗਾ ਉਹਦੇ ਨਾਲ ਵੀ ਸੈਟਿੰਗ ਕਰਦੇ ਵੀ ਇਹ ਵੀ ਲਗਾਇਆਗਾ ਵੀ ਕਰਪਸ਼ਨ ਦਾ ਰੋਪ ਤੁਹਾਡੇ ਉੱਪਰ ਮੈਂ ਤੁਹਾਨੂੰ ਕਹਿ ਦਊਗਾ ਵੀ ਤੁਸੀਂ ਸਵੇਰੇ ਜੋਰਜ ਬੋਚ ਨੂੰ ਮਿਲ ਕੇ ਆਏ ਹੋ ਮੈਂ ਕਹਿ ਦਊਗਾ ਨਹੀਂ ਪਿੱਛੇ ਤੁਹਾਡੇ ਨਾਲ ਹੈ ਕੁੱਤਾ ਕੁੱਤੇ ਖੜੇ ਆ ਮੈਨੂੰ ਕੀ ਪਤਾ ਗੁਪਤਾ ਕੌਣ ਐ ਸੀ ਰੂਟੀਨ ਚ ਗਾਇ ਕੋਈ ਉਹਨਾਂ ਸਾਡੀ ਡੀਲ ਹੀ ਸਾਡੇ ਬੰਦੇ ਦੇ ਪੈਸੇ ਆ ਉਹਦੇ ਕੋਲ ਅੱਜ ਵੀ ਆਨਲਾਈਨ ਉਹਦੇ ਟਰਾਂਸਫਰ ਹੋਏ ਆ ਪੈਸੇ ਉਹ ਪੈਸਿਆਂ ਵਾਸਤੇ ਗਿਆ ਸੀ ਕੋਈ ਡੀਲ ਕਰਨੀ ਗਏ ਸਾਡਾ ਆਪਦੇ ਮੇਰੇ ਦੋਸਤ ਆ ਉਹਨਾਂ ਦੇ ਪੈਸੇ ਸੀ ਮੈਂ ਘੁੰਮਣ ਗਿਆ ਤੋ ਕਹਿੰਦੇ ਵੀ ਆਪਾਂ ਘੁੰਮਣਾ ਆਪਾਂ ਉਹਨਾਂ ਨਾਲ ਵੀ ਮਿਲ ਲਈਏ ਉਹਦੇ ਚ ਕੋਈ ਸਾਡੀ ਉਹਦੇ ਨਾਲ ਡੀਲ ਨਹੀਂ ਲਾ ਕੋਈ ਲੈਣ ਦੇਣ ਦਾ ਤੁਸੀਂ ਕਹਿੰਦੇ ਧਮਕੀਆਂ ਦੇਣੇ ਕੋਈ ਹੈਗੀ ਤੁਸੀਂ ਸੁਣਾਣਾ ਚਾਹੋਗੇ ਕੋਈ ਜਿਹੜਾ ਕਹਿੰਦੇ ਤੁਸੀਂ ਧਮਕੀਆਂ ਦਿੱਤੀਆਂ ਜਾਣੀਆਂ ਤੁਹਾਨੂੰ ਬਲਵਿੰਦਰ ਇਹ ਪਠਾਨ ਮੱਜਰਾ ਜੀ ਕਹਿੰਦੇ ਇਹਨਾਂ ਨੂੰ ਵੀ ਜਿਹੜੀਆਂ ਧਮਕੀਆਂ ਆਉਂਦੀਆਂ ਨੇ ਧਮਕੀਆਂ ਦੀ ਵੀਡੀਓ ਸੁਣਾਣਾ ਚਾਹ ਲਿਆ ਜੀ ਹੈ ਵੀ ਉਹ ਜਨਾਮੀ ਨੂੰ ਪਤਾ ਸੀ ਜਾਂ ਮੂਸੇ ਵਾਲਿਆਂ ਨੂੰ ਪਤਾ ਸੀ ਤੁਸੀਂ ਮੈਨੂੰ ਧਮਕੀਆਂ ਨਹੀਂ ਆਉਂਦੀਆਂ ਤਾਂ ਤਾਂ ਆ ਤੁਸੀਂ ਸੁਣ ਸਕਦੇ ਹੋ ਕਿ ਦੋਹਾਂ ਤਰਫ ਤੋਂ ਜਿਹੜਾ ਹੈਗਾ ਧਮਕੀਆਂ ਦੀ ਜਿਹੜੀ ਗੱਲ ਆ ਰਹੀ ਹੈ ਆਡੀਓ ਵੀ ਹੈਗੀ ਹੈ ਆਡੀਓ ਸੁਣਾਉਣਾ ਚਾ ਰਹੇ ਨੇ ਇਹ ਇਹ ਕੋਈ ਬਲੈਕ ਮਾਰਕੀਟ ਕਰ ਰਹੀ ਹੈ ਇਹ ਮੈਨੂੰ 1 ਕਰੋੜ ਰੁਪਏ ਦੀ ਆਫਰ ਕੀਤੀ ਆਂ ਦੇਖ ਲੈ ਉਸ ਤੋਂ ਬਾਅਦ ਬਈ ਇੱਕ ਮੈਨੂੰ ਫਲੈਟ ਲੈ ਕੇ ਦੇਵੇ ਨਹੀਂ ਤੇ ਮੈਂ ਇਹੋ ਕੁਝ ਆ ਵੀਡੀਓ ਪਾਉਣ ਤੋਂ ਪਹਿਲਾਂ ਇਹਨੇ ਆ ਕੁਝ ਕੀਤਾ ਅੱਗੇ ਆ ਸੁਣ ਲੋ ਬਿਲਕੁਲ ਬਲਵਿੰਦਰ ਤੁਸੀਂ ਦੇਖਿਆ ਕਿ ਇੱਕ ਦੂਜੇ ਦੇ ਉੱਪਰ ਜਿਹੜੇਗੇ ਇਹ આરોਪ ਲੱਗ ਰਹੇ ਨੇ ਸ਼ਿਕਾਇਤ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਇਹਦੇ ਪਿੱਛੇ ਕੀ ਜਿਹੜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਬਿਲਕੁਲ ਇੱਕ ਵਾਰ ਇੱਕ ਇਹ ਕਹ ਲੈ ਇਹਨਾਂ ਕੋਲ ਬਿਆਨ ਜ਼ਰੂਰ ਲੈਣਾ ਚਾਹਾਂਗੇ ਕਿ ਔਨ ਰਿਕਾਰਡ ਇਹ ਮੰਨਦੇ ਨੇ ਕਿ ਇਹ ਦੋਨੇ ਪਤਨੀਆਂ ਨਾਲ ਨਾਲ ਸੰਬੰਧ ਨੇ ਬਿਨਾਂ ਤਲਾਕ ਲਏ ਪਹਿਲੀ ਪਤਨੀ ਨਾਲ ਵੀ ਸੰਬੰਧ ਹੈ ਦੂਜੀ ਨਾਲ ਵੀ ਸੰਬੰਧ ਹੈ ਇੱਕ ਵਾਰ ਔਨ ਰਿਕਾਰਡ ਇਹਨਾਂ ਤੋਂ ਜ਼ਰੂਰ ਬਿਆਨ ਲੈਣਾ ਚਾਹਾਂਗੇ ਸਿਰਫ ਸਮਝੌਤਾ ਕੀਤਾ ਇਹਨਾਂ ਨੇ ਆਪਸ ਦੇ ਵਿੱਚ ਕੋਈ ਤਲਾਕ ਨਹੀਂ ਲਿਆ ਕਾਨੂੰਨੀ ਤੌਰ ਤੇ ਬਿਲਕੁਲ ਬਲਵਿੰਦਰ ਜੀ ਆਹ ਬਿਲਕੁਲ ਕਲੀਅਰ ਕਰ ਚੁੱਕੇ ਨੇ ਕਿ ਜਿਹੜੀ ਪਹਿਲੀ ਪਤਨੀ ਹੈ ਉਹਨਾਂ ਨਾਲ ਵੀ ਰਹਿੰਦੇ ਨੇ ਤੇ ਜਿਹੜੀ ਦੂਜੀ ਪਤਨੀ ਗੁਰਪ੍ਰੀਤ ਉਹਨਾਂ ਨਾਲ ਵੀ ਆਪਾਂ ਫੇਰ ਇਹਨਾਂ ਨਾਲ ਕਰ ਲੈ ਇਹ ਦੱਸੋ ਜੀ ਤੁਸੀਂ ਦੋਨੋਂ ਪਤਨੀਆਂ ਨਾਲ ਸਮਝੌਤੇ ਨਾਲ ਰਹ ਰਹੇ ਸੀਗੇ ਜੀ ਬਿਲਕੁਲ ਸਮਝੌਤੇ ਨਾਲ ਰਹ ਰਿਹਾ ਆਂ ਮੈਂ ਜਿਹੜੀ ਗੱਲ ਕਰਦਾ ਵੀ ਜੋ ਮੇਰੇ ਤੇ ਜੋ ਜੇ ਉਹ ਐਫੀਡਵਟ ਨੂੰ ਕੋਈ ਕੋਰਟ ਨਹੀਂ ਮੰਨਦੀ ਮੇਰੇ ਤੇ ਕੋਈ ਕਾਰਵਾਈ ਹੋਏ ਮੈਨੂੰ ਕੋਈ ਡਰ ਨਹੀਂ ਪਰ ਇੱਕ ਜਨਾਨੀ ਆਪਣੇ ਹਸਬੰਦ ਦੀ ਵੀਡੀਓ ਵਾਇਰਲ ਕਰਦੀ ਆ ਇਹ ਮੈਂ ਜਨਤਾ ਨੂੰ ਪੁੱਛਣਾ ਚਾਹੁੰਦਾ ਚੰਗੀ ਗੱਲ ਆ ਤੁਹਾਡੀ ਹਰ ਇੱਕ ਬੰਦੇ ਦੀ ਲਾਈਫ ਆ ਆਪਣੀ ਜ਼ਿੰਦਗੀ ਚ ਇੱਕ ਜਨਾਨੀ ਹੁੰਦੀ ਆ ਜਿਹਦਾ ਤੁਹਾਨੂੰ ਹਰ ਇੱਕ ਚੀਜ਼ ਤੁਹਾਡੀ ਜਾਣਦੀ ਹੁੰਦੀ ਆ ਤੁਹਾਡੀ ਜਾਂ ਮਾਂ ਤੁਹਾਨੂੰ ਵੇਖਿਆ ਹੁੰਦਾ ਨਗੇਟ ਜਾਂ ਤੁਹਾਡੀ ਜਨਾਨੀ ਦੇਖਦੀ ਆ ਜੇ ਤੁਹਾਡੀ ਜਨਾਨੀ ਤੁਹਾਡੇ ਨਾਲ ਇੰਨਾ ਧੋਖਾ ਕਰਕੇ ਇਹ ਕੁਝ ਕਰ ਦੇ ਇਦੋ ਵੱਧ ਫਿਰ ਇਹ ਤੇ ਫਿਰ ਰੱਬ ਹੀ ਇਨਸਾਫ ਦੇਊਗਾ ਇਹ ਜਾਂ ਫਿਰ ਲੋਕ ਇਨਸਾਫ ਲੈਣਗੇ ਜਿਹੜੇ ਅੱਜ ਮੇਰੀਆਂ ਵੀਡੀਓ ਵਾਇਰਲ ਕਰਦੇ ਆ ਮੇਰੇ ਖਿਲਾਫ ਗੱਲਾਂ ਲਿਖ ਲਿਖ ਕੇ ਇਹ ਤੁਸੀਂ ਸੋਚੋ ਵੀ ਤੁਹਾਡੀ ਕਿਸੇ ਨਾ ਗੱਲ ਨਹੀਂ ਮੇਰੀ ਤਾਂ ਆਪਣੀ ਜਨਾਨੀ ਨਾਲ ਇਹ ਵੀਡੀਓ ਵਾਇਰਲ ਹੋਈ ਆ ਲੋਕਾਂ ਦੇ ਤੇ ਕਿਸੇ ਦੀ ਜਨਾਨੀਆਂ ਨਾਲ ਵੀਡੀਓ ਵਾਇਰਲ ਹੁੰਦੀ ਆ ਇਹ ਇਹ ਧੋਖਾ ਧੋਖੇ ਨਾਲ ਵੀਡੀਓ ਜਿਹੜੀ ਬਣਾਇਕੇ ਇਹ ਜਨਤਾ ਕੀਤਾਗਾ ਮੇਰੇ ਨਾਲ ਧੋਖਾ ਕੀਤਾਗਾ ਇਹਦਾ ਤੇ ਮੈਂ ਮਾਣਨਾ ਨਹੀਂਦਾ ਵੀ ਕੇਸ ਕਰੂੰਗਾ ਤੇ ਉਤਰਾਂ ਵੀ ਕੇਸ ਕਰੂੰਗਾ ਹਾਂ ਬਿਲਕੁਲ ਬਲਵਿੰਦਰ ਇਕ ਨਾ ਵੀਡੀਓ ਇਹਨਾਂ ਦੀ ਇੱਕ ਵਾਇਰਲ ਹੋਈ ਹੈ ਜਿਹਦੇ ਵਿੱਚ ਪ੍ਰਾਈਵੇਟ ਪਾਰਟ ਜਿਹੜੇ ਉਹਦੇ ਦਿਖ ਰਹੇ ਨੇ ਉਸ ਵੀਡੀਓ ਦੀ ਇਹ ਗੱਲ ਕਰ ਰਹੇ ਨੇ ਕਿ ਇਹ ਜਿਹੜੀ ਵੀਡੀਓ ਹੈਗੀ ਇਹਨਾਂ ਦੀ ਪਤਨੀ ਜਿਹੜੀ ਕਿ ਗੁਰਪ੍ਰੀਤ ਹੈਗੀ ਉਹਨਾਂ ਵੱਲੋਂ ਵਾਇਰਲ ਕੀਤੀ ਗਈ ਹੈ ਬਿਲਕੁਲ ਬਹੁਤ-ਬਹੁਤ ਧੰਨਵਾਦ ਕਰੂੰਗਾ ਦਿਲਜੀਤ ਜੀ ਸਾਰੀ ਗੱਡੀ ਹੈ ਉਹਨਾਂ ਦੀ ਗੱਲਬਾਤ ਜਿਹੜੀ ਹੈ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਪਠਾਨ ਮਾਜਰਾ ਦੇ ਵੀ ਬਹੁਤ-ਬਹੁਤ ਧੰਨਵਾਦ ਕਰਾਂਗੇ ਉਹਨਾਂ ਨੇ ਆਪਣਾ ਪੱਖ ਰੱਖਿਆ ਪੀਡੀਸੀ ਦਾ ਪੀਡੀਸੀ ਨਿਊਜ਼ ਦੇ ਉੱਪਰ ਅਸੀਂ ਦੋਵੇਂ ਪੱਖ ਜੜੇ ਆ ਲੈਨੇ ਪਹਿਲਾ ਇਹਨਾਂ ਦੀ ਜਿਹੜੀ ਪਤਨੀ ਕੈਰੀ ਹੈ ਦੂਸਰੀ ਪਤਨੀ ਹੈ ਇਹਨਾਂ ਨੇ ਮੰਨਿਆ ਵੀ ਕਿ ਉਹਨਾਂ ਦੀ ਦੂਸਰੀ ਪਤਨੀ ਹੈ ਇਹ ਤੇ ਉਹ ਜਿਹੜੇ ਉਸਨੇ ਸ਼ਿਕਾਇਤ ਕੀਤੀ ਉਸਨੇ ਇਲਜ਼ਾਮ ਲਗਾਏ ਤੇ ਹੁਣ ਅਸੀਂ ਖੁਲਾਸਾ ਇਹਨਾਂ ਦਾ ਚਲਾਇਆ ਇਹਨਾਂ ਨੇ ਪੂਰੀ ਆਪਣੀ ਸਫਾਈ ਦਿੱਤੀ ਹੈ ਤੇ ਇਹ ਗੱਲ ਮੰਨੀ ਹੈ ਕਿ ਹਾਂ ਦੋਨੇ ਪਤਨੀਆਂ ਦੇ ਨਾਲ ਉਹ ਰਹਿ ਰਹੇ ਨੇ ਤੇ ਉਹ ਜਿਹੜੀ ਦੂਜੀ ਪਤਨੀ ਹੈ ਉਸ ਨੂੰ ਪਤਾ ਸੀ ਕਿ ਮੈਂ ਪਹਿਲੀ ਪਤਨੀ ਨਾਲ ਵੀ ਰਵਾਂਗਾ ਤੇ ਇਹਨਾਂ ਦੇ ਨਾਲ ਵੀ ਰਵਾਂਗਾ ਉਹ ਪਿੰਡ ਰਹੇਗੀ ਇਹ ਇੱਥੇ ਚੰਡੀਗੜ੍ਹ ਸ਼ਹਿਰ 'ਚ ਰਹੇਗੀ ਇਹ ਸਾਡਾ ਸਮਝੌਤਾ ਹੋਇਆ ਸੀ ਜਦ ਕਿ ਕਾਨੂੰਨੀ ਤੌਰ ਦੇ ਉੱਪਰ ਹੈ ਜਿਹੜਾ ਨਹੀਂ ਹੋ ਸਕਦਾ ਇਹ ਗੱਲ ਜਿਹੜੀ ਹੈ ਇਸ ਨੂੰ ਮੰਨਣ ਲਈ ਤਿਆਰ ਨਹੀਂ ਨੇ ਵਿਧਾਇਕ ਕਿ ਮੈਂ ਕਾਨੂੰਨੀ ਤੌਰ ਤੇ ਸਹੀ ਕੀਤਾ ਜਾਂ ਗਲਤ ਕੀਤਾ ਪਰ ਉਹ ਕਹਿ ਰਹੇ ਨੇ ਕਿ ਇੰਡੀਆ 'ਚ ਚੱਲਦਾ ਹੈ ਤੇ ਪਹਿਲੀ ਪਤਨੀ ਨਾਲ ਵੀ ਮੈਂ ਰਹਿ ਰਿਹਾ ਸੀ ਦੂਜੀ ਨਾਲ ਵੀ ਰਹਿ ਰਿਹਾ ਸੀ ਤੇ ਦੂਜੀ ਪਤਨੀ ਜਿਹੜੇ ਇਲਜ਼ਾਮ ਲਗਾ ਰਹੀ ਹੈ ਉਹ ਗਲਤ ਹੈ ਇਹ ਕਹਿਣਾ ਹੈ ਪਠਾਨ ਮਾਜਰਾ ਵਿਧਾਇਕ ਦਾ ਅਸੀਂ ਹੁਣ ਤੁਹਾਨੂੰ ਉਹ ਇਲਜ਼ਾਮ ਵੀ ਸੁਣਾਉਣੇ ਆ ਜਿਹੜੇ ਇਹਨਾਂ ਦੀ ਦੂਸਰੀ ਪਤਨੀ ਗੁਰਪ੍ਰੀਤ ਕੌਰ ਨੇ ਲਗਾਏ ਸਨ ਉਹਨਾਂ ਨੇ ਕੀ ਕੁਝ ਕਿਹਾ ਸੀ ਕਿਹੜੇ ਇਲਜ਼ਾਮ ਲਗਾਏ ਸੀ ਉਹ ਤੁਹਾਨੂੰ ਸੁਣਾਉਂਦੇ ਆ ਆ ਪਾਰਟੀ ਦੇ ਵਿਧਾਇਕ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਜਿਲਕਪੁਰ ਦੇ ਵਿੱਚ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਜਿਹੜੀ ਇਹ ਗੀ ਸ਼ਿਕਾਇਤ ਦਿੱਤੀ ਗਈ ਹੈ ਕਿ ਉਹਨਾਂ ਦੇ ਪਤੀ ਵੱਲੋਂ ਉਹਨਾਂ ਨੂੰ ਜਿਹੜਾਗਾ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਗਿਆ ਤੇ ਅੱਜ ਉਹਨਾਂ ਨੇ ਜਿਹੜੀ ਇਹ ਇਸ ਨੂੰ ਲੈ ਕੇ ਜਿਲਕਪੁਰ ਥਾਣੇ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕੀ ਸ਼ਿਕਾਇਤ ਕੀਤੀ ਹੈ ਸਾਡੇ ਨਾਲ ਇਸ ਵੱਲੇ ਮਜੂਰ ਨੇ ਉਹਨਾਂ ਦੇ ਧਰਮ ਪਤਨੀ ਉਹਨਾਂ ਨਾਲ ਗੱਲ ਕਰਦੇ ਆ ਇਹ ਦੱਸੋ ਜੀ ਤੁਸੀਂ ਅੱਜ ਜਿਹੜੀ ਜਿਲਕਪੁਰ ਥਾਣੇ 'ਚ ਸ਼ਿਕਾਇਤ ਦਿੱਤੀ ਹੈ ਕੀ ਇਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਤੇ ਕੀ ਸ਼ਿਕਾਇਤ ਦਿੱਤੀ ਹੈ ਜੀ ਹਾਂ ਜੀ ਮੈਂ ਇਹ ਹਰਮਿਤ ਸਿੰਘ ਪਠਾਨ ਮਾਜਰਾ ਜਿਹੜੇ ਹਲਕਾ ਸਨੌਰ ਤੋਂ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਖਿਲਾਫ ਦਿੱਤੀ ਹੈ ਜੀ ਤਾਂ ਇਹਨਾਂ ਨੇ ਪਹਿਲਾਂ ਮੈਨੂੰ ਫੋਨ ਤੇ ਧਮਕੀ ਦਿੱਤੀ ਵੀ ਤੂੰ ਕੋਈ ਐਦਾਂ ਦਾ ਕਦਮ ਨਹੀਂ ਚੱਕਣਾ ਮੇਰੇ ਖਿਲਾਫ ਨਹੀਂ ਤਾਂ ਮਤਲਬ ਤੇਰਾ ਸਿਸਟਮ ਸਾਰਾ ਮੈਂ ਖਤਮ ਕਰ ਦੂੰਗਾ ਤਾਂ ਇਨ ਬਿਟਵੀਨ ਇਹਦਾ ਇੱਕ ਮਮੇ ਦਾ ਲੜਕਾ ਹੈਗਾ ਬਲਜਿੰਦਰ ਸਿੰਘ ਆਨੰਦਗੜ੍ਹ ਤਾਂ ਉਹਨੇ WhatsApp ਤੇ ਮੈਨੂੰ ਵਾਇਸ ਮੈਸੇਜ ਸੈਂਡ ਕੀਤਾ ਗਾਲ ਕੱਢ ਕੇ ਵੀ ਵੀ ਰੈਡੀ ਵੀ ਤੈਨੂੰ ਦੇਖ ਲਾਂਗੇ ਅਸੀਂ ਇਨ ਲਾਈਕ ਉਹ ਫਿਰ ਮੈਂ ਜਦੋਂ ਉਹਨੂੰ ਬੈਕ ਕਾਲ ਕੀਤੀ ਤਾਂ ਉਹਨੇ ਮੈਨੂੰ ਕੋਈ ਰਿਸਪੌਂਸ ਨਹੀਂ ਦਿੱਤਾ। ਫਿਰ ਇਹ ਜਿਹੜਾ ਹਰਮੀਤ ਸਿੰਘ ਪਠਾਨ ਮੱਜ ਰਹਿਗਾ ਇਹਦੇ ਨਾਲ ਥੋੜਾ ਮੈਰਿਜ ਕਦੋਂ ਹੋਈ ਸੀ ਕਿਉਂਕਿ ਤੁਸੀਂ ਜਿਹੜਾ ਹੈਗਾ ਉਹਦੇ 'ਚ ਦੱਸਿਆ ਕਿ 2011 ਦੇ ਵਿੱਚ ਤੁਹਾਡੀ ਮੈਰਿਜ ਹੋਈ ਸੀ ਸ਼ਿਕਾਇਤ ਦੇ ਵਿੱਚ ਤੁਸੀਂ ਇਹ ਦਿੱਤਾ ਹੈਗਾ ਕਦੋਂ ਦੀ ਮੈਰਿਜ ਹੋਈ ਸੀਗੀ ਇਹ ਪਹਿਲੀ ਮੈਰਿਜ ਸੀਗੀ ਜਾਂ ਤੁਹਾਡੀ ਦੂਜੀ ਮੈਰਿਜ ਸੀਗੀ ਤੇ ਇਹ ਕਦੋਂ ਪਹਿਲਾਂ ਵੀ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੋਈ ਝਗੜਾ ਹੋਇਆ? ਹਾਂਜੀ ਮੇਰੀ ਮੈਰਿਜ ਜੀ 14 ਅਗਸਤ 2021 ਨੂੰ ਹੋਈ ਆ। ਅ ਮੇਰੇ ਖਿਆਲ ਆ 3 ਦਿਨ ਪਹਿਲਾਂ ਮੇਰੀ ਮੈਰਿਜ ਐਨੀਵਰਸਰੀ ਸੀ। ਆ ਰਾਈਟ ਮੈਨੂੰ ਪਤਾ ਲੱਗਿਆ ਵੀ ਇਹ ਜਿਹੜਾ ਸਿਸਟਮ ਚੱਲ ਰਿਹਾ ਵਾ ਜਦੋਂ ਕੈਂਪੇਨ ਚੱਲ ਰਹੀ ਸੀਗੀ ਵੋਟਾਂ ਤੋਂ ਪਹਿਲਾਂ ਦੀ ਗੱਲ ਹੈ ਇਹ ਮਜੀਠੀਆ ਨਿਕਲੇਵ ਦੇ ਵਿੱਚ ਇਹਨੇ ਮੈਨੂੰ ਆਪਣੇ ਮਾਮਾ ਦਾ ਲੜਕਾ ਸੀ ਉੱਥੇ ਇਹਨੇ ਮੈਨੂੰ ਰੱਖਿਆ ਹੋਇਆ ਸੀ ਜੋ ਮਤਲਬ ਕੈਂਪੇਨ ਦੇ ਵਿੱਚ ਜੋ ਪੈਸਾ ਵਗੈਰਾ ਆਉਂਦਾ ਹੁੰਦਾ ਉਹ ਸਾਰਾ ਮਤਲਬ ਮੇਰੇ ਸੀਗਾ ਹੱਥ ਵਿੱਚ ਤਾਂ ਇਨ ਬਿਟਵੀਨ ਕੀ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਵੀ ਕੈਂਪੇਨ ਦੇ ਵਿੱਚ ਜਿਹੜੀ ਇਹਦੀ ਵਾਈਫ ਆ ਉਹ ਵੀ ਚੱਲ ਰਹੀ ਸੀ ਨਾਲ ਦੀ ਨਾਲ ਮੈਂ ਨਿਊਜ਼ ਤੇ ਦੇਖਿਆ ਸੀਗਾ ਤਾਂ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਤੂੰ ਤਾਂ ਕਹਿੰਦਾ ਸੀਗਾ ਵੀ ਮੈਂ ਤਾਂ ਇਹ ਤੋਂ ਡਿਵੋਰਸ ਲੈ ਕੇ ਰੱਖ ਲਿਆ ਵੀ ਇਹ ਤੇਰੇ ਨਾਲ ਚੱਲ ਰਹੀ ਹੈ ਸਾਰਾ ਸਿਸਟਮ ਤਾਂ ਮੈਂ ਆਪਣੇ ਸੋਰਸਸ ਦੇ ਥਰੂ ਜਦੋਂ ਮੈਂ ਪਤਾ ਕੀਤਾ ਵੀ ਜਿਹੜੇ ਉਹ ਫਿਲ ਕਰਦੇ ਹੁੰਦੇ ਨੇ ਬਈ ਐਫਿਡ ਐਫਟ ਵਗੈਰਾ ਉਹਦੇ ਵਿੱਚ ਸਪਾਊਸ ਨੇ ਆਪਣੀ ਵਾਈਫ ਨੂੰ ਲਿਖਿਆ ਹੋਇਆ ਤੇ ਮੈਂ ਕਿਹਾ ਇਹ ਕਿ ਇਸ ਚੀਜ਼ ਤੋਂ ਸਾਡੀ ਮਤਲਬ ਝੜਪ ਚੱਲੀ ਤਾਂ ਇਹਨੇ ਮੈਨੂੰ ਹੱਥੋਂ ਪਾਈ ਹੋਇਆ ਤਾਂ ਮੈਂ 112 ਨੰਬਰ ਤੇ ਕਾਲ ਕੀਤੀ ਤੇ ਉਹ 12 112 ਨੰਬਰ ਕਾਲ ਤੇ ਜੋ ਮੈਸੇਜ ਹੁੰਦਾ ਉਹ ਵੀ ਮੇਰੇ ਫੋਨ ਤੇ ਆ ਤਾਂ ਇਨ ਬਿਟਵੀਨ ਇਹਨੇ ਪੁਲਸ ਵਾਲੇ ਨੂੰ ਮਨਾ ਕਰਤਾ ਕਹਿੰਦਾ ਤੁਸੀਂ ਆਇਓ ਨਾ ਵੀ ਸਾਡਾ ਰਾਜ਼ੀਨਾਮਾ ਹੋ ਗਿਆ ਨਹੀਂ ਪੁਲਸ ਵਾਲੇ ਨੂੰ ਮਨਾ ਕਰਤਾ ਮੈਂ ਸਵੇਰੇ ਵੀ ਪੁਲਸ ਵਾਲੇ ਨੂੰ ਕਾਲ ਕੀਤੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਜਦੋਂ ਮੈਨੂੰ ਕਹਿਣਾ ਮੈਂ ਕਿਹਾ ਵੀ ਇਹ ਤੂੰ ਇਦਾਂ ਦਾ ਬਿਹੇਵੀਅਰ ਕਿਉਂ ਕਰ ਰਿਹਾ ਵਾ ਤੇ ਤੇ ਵੀ ਤੂੰ ਇਦਾਂ ਦਾ ਬਿਹੇਵੀਅਰ ਕਿਉਂ ਕਰ ਰਿਹਾ ਮੇਰੇ ਨਾਲ ਤਾਂ ਕਹਿੰਦਾ ਨਹੀਂ ਵੀ ਇਦਾਂ ਹੀ ਚੱਲੂਗਾ ਕੰਮ ਮੈਂ ਤੇ ਮੇਰੀ ਵਾਈਫ ਅਸੀਂ ਹਲਕਾ ਸੰਭਾਂਗੇ ਤੇ ਤੂੰ ਇੱਥੇ ਬਹਿ ਕੇ ਜਸਟਿਸ ਸਿਰਫ ਰੋਟੀ ਖਾਵੇਂ ਕਿ ਵੀ ਆਮ I am not a ਮੇਜ਼ ਕੁਰਸੀ ਮੈਂ ਲਿਵਿੰਗ ਥਿੰਗ ਆ ਵੀ ਇਦਾਂ ਦਾ ਜਦੋਂ ਆਰਗੂਮੈਂਟਸ ਹੁੰਦੀਆਂ ਤਾਂ ਇਹਨੇ ਪਰਸੋਂ ਚੌਥੇ ਮੇਰੇ ਨਾਲ ਡਿਸਪਿਊਟ ਕਰਕੇ ਤੇ ਮੈਨੂੰ ਕੁੱਟਮਾਰ ਕੇ ਇੱਥੇ ਚਲੇ ਗਿਆ ਫਿਰ ਖੱਬਿਆਂ ਸੱਜਿਆਂ ਮੈਨੂੰ ਮੈਸੇਜ ਭੇਜ ਰਿਆ ਤੂੰ ਮੇਰੇ ਨਾਲ ਲਿਖਾ ਪੜੀ ਕਰ ਲੈ ਤੈਨੂੰ ਮੈਂ ਘਰ ਲੈ ਦੇਣਾ ਤੈਨੂੰ ਮੈਂ ਥੋੜੇ ਜਿਹੇ ਪੈਸੇ ਦੇ ਦੇਣਾ ਤੂੰ ਲਿਖਾ ਪੜੀ ਕਰ ਲੈ ਤੇ ਕਦੇ ਮਾਮੇ ਦੇ ਮੁੰਡੇ ਦੇ ਥਰੂ ਕਦੇ ਕਿਸੇ ਦੇ ਥਰੂ ਕਦੇ ਨੋਨ ਪਰਸਨ ਨੂੰ ਮੈਨੂੰ ਰੈਗੂਲਰਲੀ ਫੋਨ ਆ ਰਹੇ ਆ ਜੋ ਇਹਦੇ ਵਿੱਚ ਰਿਕਾਰਡ ਹੈਗੇ ਨੇ ਤੇ ਹੁਣ ਇਹ ਨਹੀਂ ਮੈਨੂੰ ਬਹੁਤ ਜਿਆਦਾ ਹਰਾਸਮੈਂਟ ਕੀਤੀ ہوئی ਆ ਤੇ ਇਹਨੇ ਬਿਨਾ ਡਿਵੋਰਸ ਦਿੱਤੇ ਮੇਰੇ ਨਾਲ ਮੈਰਿਜ ਕਰਵਾਈ ਡਿਸਪਿਊਟ ਹੀ ਇਸ ਚੀਜ਼ ਦਾ ਵਾ ਤੁਹਾਡੇ ਕੋਲ ਸਭ ਕੁਝ ਹੈਗਾ ਪ੍ਰੂਫ ਹੈਗਾ ਜੀ ਹਾਂ ਜੀ ਸਾਰਾ ਪ੍ਰੂਫ ਹੈਗਾ ਤੇ ਇਹਨਾਂ ਨੇ ਜਿਹੜਾ ਵਿਆਹ ਕਰਾਇਆ ਸੀਗਾ ਰਮੀਸੀ ਪੰਥਾਨ ਮਚਰਾਣੇ ਇਹ ਤੁਹਾਨੂੰ ਦੱਸਿਆ ਸੀਗਾ ਵੀ ਪਹਿਲੀ ਪਤਨੀ ਨੂੰ ਮੈਂ ਜਿਹੜਾਗਾ ਤਲਾਕ ਦਿੱਤਾ ਯਾਰ ਉਹਦੀ ਰਜ਼ਾਮੰਦੀ ਨਾਲ ਤੁਹਾਡੇ ਨਾਲ ਵਿਆਹ ਹੋਇਆਗਾ। ਨਾ ਜੀ ਰਜ਼ਾਮੰਦੀ ਤਾਂ ਉਹ ਨਹੀਂ ਸੀ ਸਿਸਟਮ 'ਚ ਨਹੀਂ ਸੀਗੀ। ਤਾਂ ਇਹਨੇ ਮੈਨੂੰ ਕੰਫੀਡੈਂਸ ਲਿਆ ਸੀ ਕਹਿੰਦਾ ਮੈਂ ਕਾਗਜ਼ੋ ਤੋਂ ਲਖਵਾ ਲਿਆ ਡਿਵੋਰਸ ਦਾ ਤੇ ਮੇਰੇ ਕੋਲ ਆ। ਤੇ ਉਹ ਸਾਰਾ ਇਹਦਾ ਡਰਾਮਾ ਸੀਗਾ ਝੂਠ ਸੀਗਾ ਸ਼ਾਇਦ ਇਹਦਾ ਅਚਾਨਕ ਵਿਆਹ ਨੂੰ ਚੇਤ ਕਰਨਾ ਵੋਟਾਂ ਤੋਂ ਪਹਿਲਾਂ ਆਪਣੇ ਸ਼ਾਇਦ ਨੇ ਕਵਰ ਕੀਤਾ ਸ਼ਾਇਦ ਕਿਸੇ ਚੀਜ਼ ਨੂੰ ਉਹ ਵਿਆਹ ਤੋਂ ਬਾਅਦ ਜਦੋਂ ਇਹ ਮੌਜੂਦਾ ਐਮ.ਐਲ.ਏ ਬਣ ਗਿਆ ਤਾਂ ਉਦੋਂ ਬਾਅਦ ਚ ਫਿਰ ਹੁਣ ਕਹਿੰਦਾ ਵੀ ਮੇਰੀ ਮਰਜ਼ੀ ਨਾਲ ਤੂੰ ਡਿਵੋਰਸ ਲੈ ਲੈ ਹਾਂਜੀ ਇਹ ਜਦੋਂ ਐਮ.ਐਲ.ਏ ਬਣਨ ਤੋਂ ਪਹਿਲਾਂ ਵਿਆਹ ਹੋਇਆ ਸੀਗਾ ਤੇ ਹੁਣ ਐਮ.ਐਲ.ਏ ਬਣ ਗਿਆ ਉਸ ਤੋਂ ਬਾਅਦ ਕੀ ਯੈਸ ਹਾਂਜੀ ਉਦੋਂ ਬਾਅਦ ਵਿੱਚ ਉਹ ਕਹਿ ਰਿਹਾ ਵੀ ਤੁਸੀਂ ਮੇ ਤੋਂ ਫੈਸਲਾ ਲਓ ਥੋੜੇ ਜੀ ਘਰ ਮੇ ਲੈ ਦੂੰਗਾ ਤੇ ਤੁਸੀਂ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਹਾਂਜੀ ਹੁਣ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਤੇ ਇਹਨਾਂ ਦੇ ਖਿਲਾਫ ਕਿਉਂਕਿ ਤੁਹਾਨੂੰ ਧਮਕੀ ਆਈ ਹੈ ਧਮਕੀ ਕਿਹਨੇ ਦਿੱਤੀ ਹੈ ਤੁਹਾਨੂੰ ਉਹ ਧਮਕੀ ਜੇਕਰ ਤੁਸੀਂ ਸੁਣਾ ਸਕਦੇ ਹੋ ਤੁਹਾਡੇ ਕੋਲ ਫੋਨ 'ਤੇ ਕੋਈ ਰਿਕਾਰਡਿੰਗ ਹੈ ਤੁਸੀਂ ਕਿਉਂਕਿ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਮਨੂੰ ਜਿਹੜੀ ਹੈ ਜਾਨੋਂ ਮਾਰਨ ਦੀ ਧਮਕੀ ਆਈ ਕਿਸ ਤਰ੍ਹਾਂ ਦੀ ਧਮਕੀ ਆਈ ਹੈ ਜੇਕਰ ਤੁਸੀਂ ਲਾਈਵ ਸਾਡੇ ਥਰੂ ਸੁਣਾ ਸਕਦੇ ਹੋ ਕਿ ਹਾਂ ਹਾਂਜੀ ਇਹ ਹੈਗਾ ਇਹਦੇ ਮਾਮੇ ਦਾ ਲੜਕਾ ਬਲਜਿੰਦਰ ਸਿੰਘ ਨੰਦਗੜ ਇਹਨੇ ਤਕਰੀਬਨ ਸ਼ਾਮ ਨੂੰ 7 ਵਜੇ ਆ ਚੀਜ਼ ਇਹਨੇ ਮੈਨੂੰ ਰਿਕਾਰਡਿੰਗ ਚ ਭੇਜੀ ਆ ਤੇਰਾ ਦੇ ਭਾਜੀ ਨੇ ਵੀ ਤੇਰੀ ਵਧੀਆ ਵਧੀਆ ਜਿੰਦਗੀ ਕੋਈ ਚੱਕ ਨਹੀਂ ਹੋ ਰਹੀ ਵੀ ਵਧੀਆ ਲੱਗੂਗਾ ਮੈਨੂੰ ਵੀ ਰੇੜੀ ਤਿਆਰ ਹੈ ਇਹ ਜਿਹੜੇ ਰਿਸ਼ਤੇਦਾਰ ਹੁਣ ਇਹਦੇ ਨਾਲ ਚੜੇ ਫਿਰਦੇ ਆ ਜਦੋਂ ਇਹ ਇੱਕ ਇੱਕ ਰੁਪਏ ਨੂੰ ਮਰਦਾਂ ਹੁੰਦਾ ਸੀ ਮੇਰੇ ਕੋਲੇ ਆਉਂਦਾ ਹੁੰਦਾ ਸੀ ਮੈਨੂੰ ਪੈਸੇ ਦੇ ਦੇ ਇਹ ਰਿਸ਼ਤੇਦਾਰ ਉਦੋਂ ਇਹਨੂੰ ਦੇਖਿਆ ਨਹੀਂ ਹੁਣ ਚਿਚੜ ਬਣ ਕੇ ਇਹਨੇ ਮੋਢਿਆਂ ਤੇ ਚੜੇ ਹੋਇਆ ਮਾਮਿਆਂ ਦੇ ਮੁੰਡੇ ਭੂਆ ਦੇ ਮੁੰਡੇ ਸਾਰੇ ਮਤਲਬ ਜੋ ਟੋਟਲੀ ਉਹਨੇ ਗ੍ਰਿਪ ਕੀਤੇ ਹੋਏ ਆ ਉਹੀ ਸਾਰਾ ਕੁਝ ਕਰ ਰਿਹਾ ਸਾਰਾ ਸਿਸਟਮ ਕਰ ਰਿਹਾ ਇਹ ਦੱਸੋ ਕਿ ਇਹ ਇੱਕ ਗੱਲ ਦੱਸੋ ਜੀ ਇਹ ਜਿਹੜੀ ਤੁਸੀਂ ਅੱਜ ਸ਼ਿਕਾਇਤ ਦਿੱਤੀ ਹੈਗੀ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਹ ਕਿਉਂਕਿ ਇਹ ਫੈਮਿਲੀ ਮੈਟਰ ਹੈਗਾ ਸੀਗਾ ਤੁਹਾਡਾ ਆਪਸ ਹੀ ਫੈਮਿਲੀ ਮੈਟਰ ਸੀਗਾ ਕਿਉਂਕਿ ਇਹ ਹੁਣ ਥਾਣੇ ਤੱਕ ਪਹੁੰਚ ਗਿਆ ਇਹ ਮੈਟਰ ਜੀ ਭਾ ਜਿਨਾਂ ਨੇ ਮਜਬੂਰ ਕੀਤਾ ਮੈਨੂੰ ਪ੍ਰਵੋਕ ਕੀਤਾ ਇੰਨੀ ਮਤਲਬ ਗੰਦੀ ਇਹਨਾਂ ਨੇ ਲੈਂਗੁਏਜ ਯੂਜ਼ ਕੀਤੀ ਕਿਉਂਕਿ ਸਾਰਾ ਜਿਹੜਾ ਟੋਲਾ ਹੈਗਾ ਅਨਵੜਦਾ ਜਿਹੜੇ ਹਰਮੀਰ ਸਿੰਘ ਪਠਾਨ ਮજરા ਕਹਿੰਦੇ ਨੇ ਮੈਂ ਪੜਿਆ ਲਿਖਿਆ ਮੈਂ ਹੰਡੇ ਆ ਮੈਂ ਕੜੇ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ 10 ਪਾਸ ਹੋ ਪਲੱਸ 1 ਪਲੱਸ 2 ਤੁਹਾਡੀ ਬਿਹਾਰ ਯੂਨੀਵਰਸਿਟੀ ਤੋਂ ਤੁਹਾਡਾ ਨਕਲੀ ਉਹ ਸਰਟੀਫਿਕੇਟ ਬਣਾਇਆ ਹੋਇਆ ਆ ਅਦਰਵਾਈਜ਼ ਹੋਰ ਕੋਈ ਇਹਨਾਂ ਦੀ ਕੁਆਲਿਫੀਕੇਸ਼ਨ ਨਹੀਂ ਹੈਗੀ ਚਲੋ ਤੇ ਇਹ ਗੱਲਾਂ ਤਾਂ ਤੁਸੀਂ ਅੱਜ ਕਹਿ ਰਹੇ ਹੋ ਨਾ ਜਦੋਂ ਤੁਸੀਂ ਵਿਆਹ ਕਰਾਇਆ ਜਦੋਂ ਕੀ ਇਹ ਨਹੀਂ ਚੀਜ਼ਾਂ ਦੇਖੀਆਂ ਜੀ ਨਹੀਂ ਚੀਜ਼ਾਂ ਮੈਂ ਦੇਖੀਆਂ ਸੀ ਇਹ ਮੈਨੂੰ ਪਤਾ ਸੀਗਾ ਹਾਂ ਬਟ ਇਹ ਨਹੀਂ ਸੀ ਪਤਾ ਵੀ ਇਹ ਮੈਨੂੰ ਯੂਜ਼ ਕਰਨ ਲਈ ਆਪਣੀ ਮੈਨੂੰ ਆਪਣਾ ਆਪ ਨੂੰ ਕਵਰ ਕਰਨ ਲਈ ਮੇਰੇ ਨਾਲ ਬੋਟਾਂ ਤੋਂ ਕੁਛ ਪਹਿਲਾਂ ਵਿਆਹ ਕਰਾਊਗਾ ਆਪਣੇ ਜਨਮ ਦਿਨ ਵਾਲੇ ਦਿਨ ਦਿਨ ਜਦੋਂ ਪਾਵਰ ਚ ਆਜੂਗਾ ਤਾਂ ਦਿਨ ਕਹੂਗਾ ਜੀ ਬਾਏ ਬਾਏ ਉਹ ਚੀਜ਼ ਤੇ ਮੈਂ ਤਾਂ ਇਹ ਚਾਹੁੰਦੀ ਆ ਵੀ ਜਿਹੜਾ ਨੇ ਬਿਨਾਂ ਡਿਵੋਰਸ ਦਿੱਤੇ ਮੇਰੇ ਨਾਲ ਸੈਕੰਡ ਮੈਰਿਜ ਕਰਵਾਈਆ ਮੈਨੂੰ ਧੋਖੇ ਚ ਰੱਖਿਆ ਥੈਨ ਇਹਨੇ ਹੁਣ ਮੈਨੂੰ ਗ੍ਰਿਪ ਕਰਕੇ ਰੱਖਿਆ ਕੋਟਾ ਮਾਰਾ ਇਹਦੇ ਰਿਸ਼ਤੇਦਾਰ ਵੀ ਦੇਖੋ ਕਿੰਨਾ ਵਲਗਰ ਲੈਂਗੁਏਜ ਯੂਜ਼ ਕਰ ਰਹੇ ਆ ਇਹ ਕਾਰਵਾਈ ਤਾਂ ਹੋਣੀ ਚਾਹੀਦੀ ਹੈ। ਹਾਂਜੀ। ਸੋ ਇਹ ਹਨ ਹਰਮੀਤ ਸਿੰਘ ਜਿਹੜੇ ਪਠਾਨ ਮਾਜਰਾ ਉਹਨਾਂ ਦੇ ਪਤਨੀ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਮਿਲ ਰਹੀਆਂ ਨੇ ਇਹਦੇ ਪਤੀ ਤੇ ਉਹਨਾਂ ਦੇ ਮਾਮੇ ਦੇ ਮੁੰਡੇ ਜਿਹੜੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਹੈਗਾ ਉਹਨਾਂ ਦੇ ਮਾਮੇ ਦਾ ਮੁੰਡਾ ਬਲਜਿੰਦਰ ਸਿੰਘ ਉਹਨਾਂ ਦਾ ਨਾਮ ਜਿਹੜਾ ਹੈਗਾ ਸ਼ਿਕਾਇਤ ਦੇ ਵਿੱਚ ਲਿਖਾਇਆ ਤੇ ਇਹਨਾਂ ਨੇ ਕਿਹਾ ਕਿ ਅਗਰ ਕੱਲ ਨੂੰ ਮੈਨੂੰ ਕੁਝ ਹੁੰਦਾ ਤਾਂ ਇਹਦੇ ਜ਼ਿੰਮੇਵਾਰ ਇਹ ਹੋਣਗੇ। ਪਰ ਹੁਣ ਦੇਖਣਾਗਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਕੀ ਕਾਰਵਾਈ ਕਰਦੀ ਹੈ ਕਿਉਂਕਿ ਇੱਕ ਵਿਧਾਇਕ ਦੇ ਉੱਪਰ ਇੱਕ سنگੀਨ આરોਪ ਜਿਹੜੇ ਹੈਗਾ ਕੈਮਰਾਮੈਨ ਤੁਸੀ ਮੈਡਾ ਨਦਲਜੀਤ ਸਿੰਘ ਪੀਟੀਸੀ ਨਿਊਜ਼ ਜ਼ਿਲਕਪੁਰ